सत श्री अकाल जी, तुसीं देख रहे हो पीटीसी न्यूज़। मैं तुहाडे नाल तरनजीत बुलेटिन की शुरुआत कर दिया। मानसा की अनाज मंडी में सिद्धू मूसेवाला की अंतिम अरदास हुई। भोग समागम विच वड्डी गिनती विच लोग सिद्धू मूसेवाला दीआं तस्वीरां लैके पहुंचे ते नम अखां नाल श्रद्धांजलि दित्ती। इसे ते आधारित है साडी खास पेशकश लेजेंड नेवर डाइज। वड्डी खबर तुहानूं दस्सदे, सिद्धू मूसेवाला कत्लकांड में सूत्रां दे हवाले नाल जुड़ी वड्डी खबर इस वेले दी तुहानूं दस रहे हां। सूत्रां दे हवाले तो वड्डी खबर सामने आ रही है, मास्टरमाइंड गोल्डी ब्रांड लई रेड कॉर्नर नोटिस जारी करन दी मांग कीती गई सी। पंजाब पुलिस ने 19 मई नूं सीबीआई नूं इह तफ्तीश भेजी सीगी। वड्डी खबर इस वेले दी तुहानूं दस दईए, 29 मई नूं होए मूसेवाला कत्लकांड दी गोल्डी ब्रांड ने जिम्मेवारी लई सी। सिद्धू मूसेवाला कतलकांड नाल जुड़ी सूत्रा दे हवाले तो यह वड्डी खबर इस वेले दी सामने आ रही है। मास्टरमाइंड गोल्डी ब्रांड लई रेड कॉर्नर नोटिस जारी करन दी मांग कीती गई सी। वड्डी खबर इस वेले दी, पंजाब पुलिस ने 19 मई नूं सीबीआई नूं तजवीज़ भेजी सीगी गोल्डी ब्रांड लई रेड कॉर्नर जारी करन दी मांग जो है कीती गई सी। 29 मई नूं होए सिद्धू मूसेवाला कतलकांड दी गोल्डी ब्रांड ने तुहानूं दस्सदे जिम्मेवारी लई सीगी ते हुण इस नाल जुड़ी वड्डी खबर सामने आ रही है। सिद्धू मूसेवाला कतलकांड दे नाल सूत्रा दे हवाले तो यह वड्डी खबर सामने आ रही है। ਸਾਨਾ ਹਰਪ੍ਰੀਤ ਸਿੰਘ ਸਾਨੀ ਜੀ ਜੁੜੇ ਹੋਏ ਨੇ। ਸਰ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿਸ ਤਰੀਕੇ ਦੇ ਨਾਲ 10 ਦਿਨ ਪਹਿਲਾਂ ਜੋ ਹੈ ਤਜ਼ਵੀਜ਼ ਇਹ ਭੇਜੀ ਗਈ ਸੀ, ਜੇ ਸਮੇਂ ਸਿਰ ਐਕਸ਼ਨ ਲਿਆ ਹੁੰਦਾ ਤੇ ਅੱਜ ਇਹ ਦਿਨ ਦਾ ਦੇਖਣਾ ਪੈਂਦਾ, ਕੁਝ ਐਕਸ਼ਨ ਲਿਆ ਜਾਣਾ ਚਾਹੀਦਾ ਸੀ ਪਹਿਲਾਂ ਹੀ? ਇੱਕ ਨਵੀਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਅੱਜ ਸਾਡੇ ਸੋਰਸਸ ਪੁਲਿਸ ਸੋਰਸਸ ਦੱਸ ਰਹੇ ਨੇ। ਇਹ ਬਹੁਤ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਪੰਜਾਬ ਪੁਲਿਸ ਨੇ ਗੋਲਡੀ ਬਰਾੜ ਦੇ ਲਈ ਰੈੱਡ ਕਾਰਨਰ ਨੋਟਿਸ ਦੀ ਡਿਮਾਂਡ ਹੈ ਜਿਹੜੀ ਉਹ ਸੀਬੀਆਈ ਨੂੰ ਕਰ ਦਿੱਤੀ ਸੀ ਔਰ ਬਕਾਇਦਾ ਡੇਟ ਵੀ ਦੱਸੀ ਜਾ ਰਹੀ ਹੈ ਕਿ ਤਰੀਕ ਹੈਗੀ ਹੈ ਸਿੱਧੂ ਮੂਸੇਵਾਲੇ ਦੀ ਮੌਤ ਤੋਂ 10 ਦਿਨ ਪਹਿਲਾਂ ਦੀ। ਔਰ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਗੋਲਡੀ ਬਰਾੜ ਹੈ ਕਈ ਹੋਰ ਮਾਮਲਿਆਂ ਦੇ ਵਿੱਚ ਨਾਮਜ਼ਦ ਸੀਗਾ ਜਿਸ ਕਰਕੇ ਇਸ ਦੀ ਜ਼ਰੂਰਤ ਸੀ ਔਰ ਇਸ ਦੇ ਲਈ ਨੋਟਿਸ ਜਾਰੀ ਕਰਨ ਦੀ ਡਿਮਾਂਡ ਹੈ ਜਿਹੜੀ ਇਹ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਸੀ ਸੀਬੀਆਈ ਕੋਲੋਂ। ਔਰ ਸੀਬੀਆਈ ਨੇ ਹੁਣ ਇਹ ਦਾਅਵਾ ਜੋ ਸਰਕਾਰ ਜਾਂ ਪੰਜਾਬ ਪੁਲਿਸ ਕਰ ਰਹੀ ਹੈ ਕਿ ਜੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੁੰਦਾ, ਜੇ ਗੋਲਡੀ ਬਰਾੜ ਪਹਿਲਾਂ ਹੀ ਦਬੋਚ ਲਿਆ ਹੁੰਦਾ ਤਾਂ ਸ਼ਾਇਦ ਇੰਨੀ ਨੌਬਤ ਨਾ ਆਉਂਦੀ, ਸ਼ਾਇਦ ਸਿੱਧੂ ਮੂਸੇਵਾਲਾ ਤੇ ਜਿਹੜਾ ਹਮਲਾ ਹੋਇਆ ਉਹ ਨਾ ਹੋ ਪਾਉਂਦਾ। ਹੁਣ ਇਸ ਦਾ ਜਵਾਬ ਸੀਬੀਆਈ ਜਾਂ ਸੀਬੀਆਈ ਦੇ ਸੂਤਰ ਜਾਂ ਕੇਂਦਰ ਸਰਕਾਰ ਬਿਹਤਰ ਤਰੀਕੇ ਨਾਲ ਦੇ ਪਾਏਗੀ ਕਿਉਂਕਿ ਪੰਜਾਬ ਸਰਕਾਰ ਲਗਾਤਾਰ ਆਪਣੇ ਆਪ ਨੂੰ ਡਿਫੈਂਡ ਕਰਦੀ ਆ ਰਹੀ ਹੈ। ਪਹਿਲਾਂ ਸਿਕਿਉਰਿਟੀ ਵਿਦਡਰਾਅ ਕਰਕੇ ਮੁਸੀਬਤਾਂ ਦੇ ਵਿੱਚ ਘਿਰੀ ਹੋਈ ਪੰਜਾਬ ਸਰਕਾਰ ਦੇ ਲਈ ਇੱਕ ਰਾਮਬਾਣ ਜ਼ਰੂਰ ਸਾਬਤ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਜਾਂ ਪੰਜਾਬ ਪੁਲਿਸ ਇਹ ਦਾਅਵਾ ਕਰ ਰਹੀ ਹੈ ਕਿ ਅਸੀਂ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੇ ਲਈ ਨੋਟਿਸ ਹੈ ਜਿਹੜਾ ਉਹ ਪਹਿਲਾਂ ਕੱਢਣ ਦੇ ਲਈ ਅਪੀਲ ਜਿਹੜੀ ਹੈ ਸੀਬੀਆਈ ਨੂੰ ਕੀਤੀ ਸੀ, ਪਰ ਸੀਬੀਆਈ ਨੇ ਸਮਾਂ ਰਹਿੰਦਿਆਂ ਕਾਰਵਾਈ ਨਹੀਂ ਕੀਤੀ। ਬਕਾਇਦਾ ਸਾਡੇ ਹੱਥ ਇਹ ਡੇਟ ਲੱਗੀ ਹੈ ਕਿ ਡੇਟ ਵੀ ਹੈ ਜਿਹੜੀ ਉਹ ਜਾਰੀ ਕੀਤੀ ਗਈ ਸੀਗੀ। ਇਹ ਦੱਸੀ ਗਈ ਹੈ ਪੰਜਾਬ ਪੁਲਿਸ ਨੇ ਕਿ 10 ਦਿਨ ਪਹਿਲਾਂ 19 ਮਈ ਨੂੰ ਸੀਬੀਆਈ ਨੂੰ ਅਸੀਂ ਤਜਵੀਜ਼ ਭੇਜੀ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਠੀਕ 10 ਦਿਨ ਪਹਿਲਾਂ, ਕਿਉਂਕਿ 29 ਮਈ ਨੂੰ ਮੂਸੇਵਾਲਾ ਕਤਲਕਾਂਡ ਦੀ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਸੀ, ਉਸ ਤੋਂ 10 ਦਿਨ ਪਹਿਲਾਂ ਹੀ ਅਸੀਂ ਇਹ ਡਿਮਾਂਡ ਕੀਤੀ ਸੀ ਰੈੱਡ ਕਾਰਨਰ ਨੋਟਿਸ ਜਿਹੜਾ ਉਹ ਜਾਰੀ ਕੀਤਾ ਜਾਵੇ, ਗੋਲਡੀ ਬਰਾੜ ਨੂੰ ਦਬੋਚਿਆ ਜਾਵੇ, ਪਰ ਸਮਾਂ ਰਹਿੰਦਿਆਂ ਕਾਰਵਾਈ ਨਹੀਂ ਹੋ ਪਾਈ। ਸਤਿੰਦਰਜੀਤ ਔਰ ਗੋਲਡੀ ਬਰਾੜ ਆ ਜਿਹੜਾ 2017 ਤੋਂ ਹੀ ਸਟੂਡੈਂਟ ਵੀਜ਼ਾ ਤੇ ਉੱਥੇ ਰਹਿ ਰਿਹਾ। ਫਰੀਦਕੋਟ ਦੇ ਵਿੱਚ 2020-21 ਦੇ ਵਿੱਚ ਆਰਮਸ ਐਕਟ ਤਹਿਤ ਦਰਜ 2 ਮਾਮਲਿਆਂ ਦੇ ਵਿੱਚ ਨੋਟਿਸ ਜਾਰੀ ਕਰਨ ਦੀ ਅਸੀਂ ਮੰਗ ਕੀਤੀ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਹੁਣ ਕਿਤੇ ਨਾ ਕਿਤੇ ਠੀਕਰਾ ਸੀਬੀਆਈ ਦੇ ਸਿਰ ਫੋੜਨ ਦੀ ਕੋਸ਼ਿਸ਼ ਜਾਂ ਸੈਂਟਰ ਗੌਰਮੈਂਟ ਦੇ ਸਿਰ ਫੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇ ਤੁਸੀਂ ਸਮਾਂ ਰਹਿੰਦਿਆਂ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਇਹ ਦਿਨ ਨਾ ਦੇਖਣਾ ਪੈਂਦਾ। ਇੱਕ ਵੱਡੀ ਖਬਰ ਹੈ ਜਿਹੜੀ ਇਹ ਪੀਟੀਸੀ ਨਿਊਜ਼ ਤੇ ਹੱਥ ਲੱਗੀ ਐਕਸਕਲੂਸਿਵ, ਹੁਣ ਥੋੜੇ ਹੀ ਚਿਰ ਤੋਂ ਬਾਅਦ ਇਹ ਖਬਰ ਜਿਹੜੀ ਉਸਤੇ ਪੁਸ਼ਟੀ ਵੀ ਹੋ ਜਾਏਗੀ। ਹਾਲੇ ਸਾਡੇ ਪੁਲਿਸ ਸੂਤਰ ਨੇ ਉਹਨਾਂ ਸੂਤਰਾਂ ਨੇ ਸਾਨੂੰ ਇਹ ਜਾਣਕਾਰੀ ਸਟੀਕ ਜਾਣਕਾਰੀ ਸਾਨੂੰ ਸੌਂਪੀ। ਬਿਲਕੁਲ ਹਰਪ੍ਰੀਤ ਜੀ, ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਜੋ ਹੈ ਅਸੀਂ ਦਰਸ਼ਕਾਂ ਤੱਕ ਪਹੁੰਚਾ ਰਹੀ ਪੀਟੀਸੀ ਨਿਊਜ਼ ਦੇ ਜ਼ਰੀਏ। ਤੁਹਾਡੇ ਤੋਂ ਜਾਣਨਾ ਚਾਹਾਂਗੇ ਇਸ ਤੋਂ ਕਿਹਾ ਜਾ ਸਕਦਾ ਹੈ ਕਿ ਇਹ ਪੰਜਾਬ ਪੁਲਿਸ ਕਿਤੇ ਨਾ ਕਿਤੇ ਬੈਕਫੁੱਟ ਤੇ ਹੈ ਔਰ ਸੀਬੀਆਈ ਤੇ ਗੱਲ ਪਾਉਣ ਦੀ ਜੋ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ, ਸੀਬੀਆਈ ਤੇ ਗੱਲ ਪਾ ਕੇ ਪਿੰਡ ਛੁਡਾਉਣ ਦੀ ਕੋਸ਼ਿਸ਼ ਜੋ ਹੈ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ। ਦੇਖੋ ਹੁਣ ਇਹ ਤਾਂ ਇਹਦਾ ਬਿਹਤਰ ਜਵਾਬ ਹੈ ਜਿਹੜਾ ਉਹ ਸੀਬੀਆਈ ਜਾਂ ਸੈਂਟਰ ਗੌਰਮੈਂਟ ਜ਼ਰੂਰ ਦੇਗੀ ਔਰ ਯਕੀਨਨ ਤੌਰ ਤੇ ਉਹਨਾਂ ਨੂੰ ਦੇਣਾ ਪਏਗਾ।
यह भी दसना पेगा कि जे पंजाब सरकार ने या पंजाब पुलिस ने यह डिमांड की थी कि रेड कॉर्नर नोटिस जारी किया जाए तो सीबीआई ने जे किया तो कदों किया प्रूफ की ने जे नहीं किया तो क्यों नहीं किया यह तमाम जानकारियां ने जिहड़ियां वो बेहतर सीबीआई ही दे पाएगी। पर कि ना कि एक गल असीं जरूर देख सकते हैं कि सिद्धू मूसेवाले के कतल मामले के विच पंजाब पुलिस के हाथ एक गल जरूर लग गई है वो तुसीं उसनूं बहाना कह लो या उसनूं तकरीर कह लो कि असीं तां डिमांड की थी पर सवाल यह उठता है कि जदों लगातार इस गल का प्रेशर बनया पिया सी उदों इह गल सामने क्यों नहीं आई। अज मौत तो तकरीबन 15 दिन बाद याद आ रहा है कि हाँ असीं भी इदां दी कोई चिट्ठी जारी की थी उस चिट्ठी का जिक्र पहला क्यों नहीं होया इस चिट्ठी की डिमांड जी पहला क्यों नहीं हुई बिल्कुल पहला क्यों नहीं हुई। हरप्रीत जी नित नवे खुलासे जो है इस मामले नाल हो रहे हैं और रोज एक नवा खुलासा होता है तो हूँ पहला क्यों नहीं इस मामले गलबात की गई। ये सवाल यह भी खड़ा होता है कि सुरक्षा पंजाब पुलिस ने हटाई सी जो सुरक्षा हटाई गई थी जो एक्शन आया से जो फैसला आया से वो पंजाब पुलिस वालों लिया गया से सीबीआई से गल पा के कितने खेड़ा छुट सकता है। नहीं देखो ये मसला ये तो किसी भी हालत विच पंजाब सरकार या पंजाब पुलिस अपने आप को बरी नहीं कर सकती ये कह के कि असी तो जी रेड कॉर्नर नोटिस जारी करने के लिए सीबीआई को डिमांड की थी क्योंकि पंजाब के लॉ एंड ऑर्डर की सिचुएशन संभालनी पंजाब सरकार या पंजाब पुलिस की जिम्मेवारी है सीधा सीधा अपनी जिम्मेवारी तो पला नहीं छुड़ाया जा सकता यह कह के कि असी तो सीबीआई को डिमांड की थी कि तुसी रेड कॉर्नर नोटिस जारी करो। पर हाँ यह गल जरूर है कि जिवें जवाबदेही हुण पंजाब सरकार या पंजाब पुलिस की है उदा ही जवाबदेही सीबीआई के सेंटर गवर्नमेंट की भी हो जाएगी कि तुसी जिहड़ा गोल्डी बराड़ है जो मास्टरमाइंड है इस पूरे मामले का उसके खिलाफ रेड कॉर्नर नोटिस जारी क्यों नहीं किया जो जे पुलिस का यह दावा सही है जे पुलिस यह दावा करती है कि कतल तो 10 दिन पहला ही असी डिमांड कर दी थी कि गोल्डी बराड़ को फड़ के लिया जाए रेड कॉर्नर नोटिस जारी किया जाए अजिही डिमांड जेकर पंजाब पुलिस ने की है तो जवाबदेही यकीनन तौर पर सीबीआई सेंटर गवर्नमेंट की भी होगी। पर सिर्फ तो सिर्फ इस चीज को इस चिट्ठी को इस एप्लीकेशन को बहाना या आधार नहीं बनाया जा सकता अपने आप को सुरखरू करने के लिए अपने आप को बाइज्जत बरी करने के लिए कि असी सिद्धू मूसेवाले की मौत लिए जिम्मेवार नहीं हाँ या साड़ी कितने ना कितने कोई अणगहली रही है इस तो अपना पिछा पंजाब सरकार या पंजाब पुलिस नहीं छुटा सकती। जाहिर तौर पर जी पंजाब पुलिस और पंजाब सरकार इस तो पिछा नहीं हटा सकती और जिस तरीके रोज इस मामले में नवे खुलासे हो रहे हैं और एक वड्डी खबर सूत्रों के हवाले तो जरूर सामने आई है। हरप्रीत जी पीटीसी न्यूज तमाम अपडेट देने लिए बहुत बहुत धन्यवाद। सो इस वेले की वड्डी खबर तुहानू दस दिए किस तरीके सूत्रों के हवाले तो इस वक्त की वड्डी खबर सामने आ रही है और जिस तरीके दे नाल साडे सहयोगी ने कहा कि इसे तरीके दे नाल खेड़ा जो है नहीं छुड़ा जा सकता सीबीआई दे सिर गल पा के खेड़ा नहीं छुड़ाया जा सकता पंजाब पुलिस कितने ना कितने इस दे लई जिम्मेवार जरूर है। तुहानू दस्सी कि मास्टरमाइंड गोली बराड़ लई रेड कॉर्नर नोटिस जारी करने की मांग जो है की गई सी और पंजाब पुलिस ने मूसेवाला के कतल तो 10 दिन पहला 19 मई को सीबीआई को यह तजवीज भेजी सी जब 19 मई को सीबीआई को तजवीज भेजी गई सी तो क्यों एक्शन मोड नहीं नजर आई तद क्यों इस पर एक्शन नहीं लिया गया